December 2022 ਵਿੱਚ ਸਥਰੀ ਦੇ ਨਿਊਟਨ ਇਲਾਕੇ ਵਿੱਚ ਆਪਣੇ ਹੀ ਘਰ ਵਿੱਚ ਆਪਣੇ ਪਤਨੀ ਦਾ ਕਤਲ ਕਰਨ ਲਈ ਸਰੀਵਸਨਿਕ ਨਵਿੰਦਰ ਸਿੰਘ ਗਿੱਲ ਦੂਜੇ ਦਰਜੇ ਦੇ ਕਤਲ ਲਈ ਚਾਰਜਾਂ ਦਾ ਸਾਹਮਣਾ ਕਰ ਰਿਹਾ ਸੀ ਜਿਸ ਦਾ ਉਹ ਗੁਨਾਹ ਬੀਤੇ ਗਰਮੀਆਂ ਵਿੱਚ ਕਬੂਲ ਕਰ ਚੁੱਕਾ ਹੈ ਅਤੇ ਅੱਜ ਉਸ ਦੀ ਸਜ਼ਾ ਸੰਬੰਧੀ ਸੁਣਵਾਈ ਨਿਊ ਵੈਸਟਮਿਨਸਟਰ ਸੁਪਰੀਮ ਕੋਰਟ ਵਿੱਚ ਤੈਅ ਕੀਤੀ ਗਈ ਸੀ ਅੱਜ ਅਦਾਲਤੀ ਕਾਰਵਾਈ ਦੇ ਕੁਝ ਪਲ ਪਹਿਲਾਂ ਹੀ ਅਦਾਲਤ ਨੂੰ ਦੱਸਿਆ ਗਿਆ ਕਿ ਉਹ ਅਦਾਲਤ ਵਿੱਚ ਇਨ ਪਰਸਨ ਹਾਜ਼ਰ ਨਹੀਂ ਹੋ ਸਕਦਾ ਕਿਉਂਕਿ ਉਹ ਠੀਕ ਨਹੀਂ ਹੈ ਬਲਕਿ ਕੁਝ ਸਮੇਂ ਬਾਅਦ ਹੀ ਵੀ ਦੱਸਿਆ ਗਿਆ ਕਿ ਉਹ ਅਦਾਲਤ ਵਿੱਚ ਵੀਡੀਓ ਕਾਨਫਰੰਸ ਜਰੀਏ ਵੀ ਹਾਜ਼ਰ ਨਹੀਂ ਹੋ ਸਕਦਾ ਅਤੇ ਇਹ ਦੂਜੀ ਵਾਰ ਹੋਇਆ ਹੈ ਜਦ ਉਸ ਦੀ ਸਜ਼ਾ ਸੰਬੰਧੀ ਅਦਾਲਤੀ ਕਾਰਵਾਈ ਮੁਲਤਵੀ ਕੀਤੀ ਗਈ ਹੈ ਸਾਰੀ ਸਾਡੀ ਫਾਈਲਿੰਗ ਹੋ ਗਈ ਸੀ ਕ੍ਰਾਊਨ ਕਾਉਂਸਲ ਦੋਨੇ ਪ੍ਰੋਸੀਕਿਟਰ ਅਸਲੇ ਤਿਆਰ ਸੀਗੇ ਅੱਜ ਪ੍ਰोसीਡ ਕਰਨ ਨੂੰ ਪਰ ਅੱਜ ਸਾਨੂੰ ਤਕਰੀਬਨ 7:30 ਵਜੇ ਸਵੇਰੇ ਇਹ ਗੱਲ ਪਤਾ ਲੱਗੀ ਹੈ ਵੀ ਨਵਿੰਦਰ ਸਿੰਘ ਗੱਲ ਕੱਲ ਹਸਪੀਟਲ ਐਡਮਿਟ ਹੋਏ ਸੀ ਤਾਂ ਜੋ ਹਾਲੇ ਸਾਡੇ ਕੋਲ ਮੈਡੀਕਲ ਐਵਿਡੈਂਸ ਤਾਂ ਕੋਈ ਆਇਆ ਨਹੀਂ ਹੈਗਾ ਇਹ ਪਤਾ ਲੱਗਾ ਵੀ ਉਹਨਾਂ ਦੇ ਦੋਖ ਕਿਡਨੀ ਸਟੋਨ ਆਏ ਆ ਤਾਂ ਯੂਰਨ ਵਿੱਚ ਉਹਨਾਂ ਦੇ ਬਲੱਡ ਆ ਰਿਹਾ ਤਾਂ ਅੱਜ ਸਵੇਰੇ ਉਹ ਕਾਫੀ ਤਕਲੀਫ ਵਿੱਚ ਸੀਗੇ ਸੋ ਉਹਨਾਂ ਨੂੰ ਮੈਡੀਕਲੀ ਅਨਫਿਟ ਅੱਜ ਦੱਸਿਆ ਗਿਆ ਵੀ ਉਹ ਕੋਰਟ ਜਾ ਨਹੀਂ ਸਕਦੇ ਕਾਬਲੇ ਕਰ ਹੈ ਕਿ ਉਕਤ ਵਾਕਿਆ 127 ਸਟਰੀਟ ਅਤੇ 68 ਐਵੇਨਿਊ ਤੇ ਪੈਂਦੇ ਇਸ ਟਾਊਨ ਹਾਊਸ ਕੰਪਲੈਕਸ ਵਿੱਚ 7 ਦਸੰਬਰ 2022 ਨੂੰ ਵਾਪਰਿਆ ਸੀ ਜਦ ਨਵਿੰਦਰ ਗਿੱਲ ਦੀ 40 ਸਾਲਾ ਪਤਨੀ ਹਰਪ੍ਰੀਤ ਕੌਰ ਗਿੱਲ ਦੇ ਕਈ ਵਾਰ ਚਾਕੂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚੱਲਦੇ ਉਸ ਦੀ ਹਸਪਤਾਲ ਪਹੁੰਚ ਮੌਤ ਹੋ ਗਈ ਸੀ ਹਰਪ੍ਰੀਤ ਕੌਰ ਗਿਲ ਇੱਕ ਅਧਿਆਪਕਾ ਸੀ ਜਦ ਕਿ ਨਵਿੰਦਰ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਸੀ ਅਤੇ ਉਹਨਾਂ ਦੋਵਾਂ ਦੇ 11 ਸਾਲ ਤੋਂ ਹੇਠਲੀ ਉਮਰ ਦੇ ਤਿੰਨ ਛੋਟੇ ਬੱਚੇ ਹਨ ਜੋ ਇਸ ਵੇਲੇ ਹਰਪ੍ਰੀਤ ਕੌਰ ਦੇ ਮਾਪਿਆਂ ਕੋਲ ਰਹਿ ਰਹੇ ਹਨ ਅੱਜ ਦੀ ਅਦਾਲਤੀ ਕਾਰਵਾਈ ਸੋਨ ਹਰਪ੍ਰੀਤ ਦੇ ਪਿਤਾ ਅਤੇ ਪ੍ਰਾ ਅਦਾਲਤ ਵਿੱਚ ਪਹੁੰਚੇ ਹੋਏ ਸਨ ਪਰ ਫਿਰ ਉਹ ਮਯੂਸ ਅਦਾਲਤ ਵਿੱਚੋਂ ਵਾਪਸ ਚਲੇ ਗਏ ਜਿਨ੍ਹਾਂ ਕੈਮਰੇ ਤੇ ਅਜੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੀਤਾ ਹੈ ਉਧਰ ਗਿਲ ਦੇ ਵਕੀਲ ਨਹੀਂ ਸਮਝਦੇ ਕਿ ਉਹਨਾਂ ਦੇ ਮੌਕਲ ਵੱਲੋਂ ਅਦਾਲਤੀ ਕਾਰਵਾਈ ਬਿਨਾਂ ਵਜਾ ਲ ਕਾਈ ਜਾ ਰਹੀ ਹੈ ਪਹਿਲੀ ਵਾਰੀ ਜਿਹੜੀ ਹੋਈ ਸੀ ਅਡਜਰਨਮੈਂਟ ਉਹ ਕਿਸੇ ਦੇ ਹੱਥ ਨਹੀਂ ਸੀ ਉਹ ਇੱਕ ਬਿਊਰੋਕ੍ਰੈਟਿਕ ਮੈਟਰ ਸੀ ਰਿਪੋਰਟ ਆਉਣੀ ਸੀ ਉਹਦੇ ਕਰਕੇ ਅਡਜਰਨ ਹੋਇਆ ਸੀ ਉਹ ਨਾਇਦਰ ਇਨ ਸਾਡੇ ਕੰਟਰੋਲ 'ਚ ਸੀ ਨਾ ਕਰਾਉਣ ਦੇ ਕਿਸੇ ਦੇ ਨਹੀਂ ਸੀ ਉਹ ਰਿਪੋਰਟ ਡਿਲੇ ਸੀ ਬਿਊਰੋਕ੍ਰੈਟਿਕ ਪੈਟਰਨ ਹੈ ਸੈਕੰਡ ਥਿੰਗ ਅੱਜ ਜਦੋਂ ਪਤਾ ਲੱਗਾ ਕਿ ਮਿਸਟਰ ਗਿੱਲ ਇਨ ਪੇਨ 'ਚ ਹੈ ਜਦੋਂ ਪਰਸਨ ਪੇਨ 'ਚ ਹੈ ਇਨ ਗ੍ਰੋਇੰਗ ਪੇਨ ਹੋ ਰਹੀ ਹੈ ਇਸ ਅਨੇਬਲ ਟੂ ਅਪੀਅਰ ਆਈਦਰ ਔਨ ਵੀਡੀਓ অর ਇਨ ਪਰਸਨ ਉਹਨੇ ਡਿਨਾਈ ਨਹੀਂ ਕੀਤਾ ਪਰ ਉਹ ਅਪੀਅਰ ਹੀ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਕੋਰਟੇ ਚੜ੍ਹਨ ਵਾਸਤੇ ਪਰਸਨ ਨੂੰ ਮੈਡੀਕਲੀ ਫਿਟ ਤੇ ਹੋਣਾ ਚਾਹੀਦਾ ਹੈ ਜਦ ਪਰਸਨ ਪੇਨ ਚ ਹੈ ਹੈਲਥ ਤੇ ਸਭ ਤੋਂ ਪਹਿਲਾਂ ਹੈ ਤੇ ਇਸ ਕਰਕੇ ਅੱਜ ਕੋਰਟ ਦੀ ਜਿਹੜੀ ਪ੍ਰੋਸੀਡਿੰਗਾਂ ਨਹੀਂ ਚੱਲ ਸਕੀ ਹੈਲਥ ਰੀਜ਼ਨ ਕਰਕੇ ਜ਼ਿਕਰ ਜੋ ਹੈ ਕਿ ਹਾਦਸੇ ਉਪਰੰਤ ਪਾਤ ਤੋਂ ਸਰੀ ਪਹੁੰਚੇ ਹਰਪ੍ਰੀਤ ਦੇ ਮਾਪਿਆਂ ਨੇ ਆਮਨੀ نیوز ਨਾਲ ਗੱਲਬਾਤ ਕਰਦੇ ਦੱਸਿਆ ਸੀ ਕਿ ਉਹਨਾਂ ਦੀ ਧੀ ਦੇ ਕੱਲ ਲੜਾਈ ਝਗੜਾ ਰਹਿੰਦਾ ਸੀ ਜਿਸ ਬਾਰੇ ਉਹ ਜਾਣਦੇ ਸਨ ਪਰ ਉਸ ਲੜਾਈ ਦਾ ਅੰਤ ਇੰਨਾ ਮਾੜਾ ਹੋਵੇਗਾ ਉਹਨਾਂ ਕਦੇ ਸੋਚਿਆ ਨਹੀਂ ਸੀ ਸੋ ਹੁਣ ਗਿੱਲ ਦੀ ਸਜ਼ਾ ਸੰਬੰਧੀ ਅਦਾਲਤੀ ਕਾਰਵਾਈ 21 ਫਰਵਰੀ ਨੂੰ ਨਿਯਤ ਕੀਤੀ ਗਈ ਹੈ ਪ੍ਰਪਤਤ ਕਾਲੋਂ ਆਮਨੀ نیوز ਨਿਊ ਵੈਸਟ ਮਿਨਿਸਟਰ